ਵੀਆਈਪੀ ਕਲਚਰ ਨੂੰ ਸਖਤ ਨਫ਼ਰਤ ਕਰਦੀ ਹਾਂ ਅਤੇ ਇਹਨੂੰ ਮੈਂ ਡੈਮੋਕ੍ਰੇਸੀ ਦੇ ਡਸਟਬਿਨ 'ਚ ਸੁੱਟਣਾ ਚਾਹੁੰਦੀ ਹਾਂ ਕਿਉਂਕਿ ਆਮ ਨਾਗਰਿਕਾਂ ਨੂੰ ਇਹਦੇ ਕਾਰਨ ਬਹੁਤ ਮੁਸ਼ਕਿਲਾਂ ਸਹਿਣੀਆਂ ਪੈਂਦੀਆਂ ਹਨ। ਮੈਂ ਧਰਮ ਦੇ ਨਾਮ 'ਤੇ ਜਿਹੜੀ ਰਾਜਨੀਤੀ ਹੁੰਦੀ ਆ ਇਹਨੂੰ ਡਸਟਬਿਨ 'ਚ ਪਾਉਣਾ ਚਾਹੁੰਦੀ ਹਾਂ ਕਿਉਂਕਿ ਸਾਡੇ ਦੇਸ਼ ਵਿੱਚ ਹਰ ਮਸਲੇ 'ਤੇ ਧਰਮ ਦੇ ਨਾਮ 'ਤੇ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ। ਮੈਂ ਵੰਸ਼ਵਾਦੀ ਸਿਆਸਤ ਨੂੰ ਆਪਣੇ ਲੋਕਤੰਤਰ ਵਿੱਚੋਂ ਖਤਮ ਕਰਨਾ ਚਾਹੁੰਦੀ ਹਾਂ ਕਿਉਂਕਿ ਇਹਦੇ ਨਾਲ ਜਿਹੜੇ ਆਮ ਨਾਗਰਿਕ ਹੈ ਜਿਹੜੇ ਲੋਕਤੰਤਰ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪੂਰਾ ਮੌਕਾ ਨਹੀਂ ਮਿਲ ਪਾਉਂਦਾ। ਮੈਂ ਇਲੈਕਸ਼ਨ ਵਿੱਚ ਹੋ ਰਹੇ ਵਾਧੂ ਖਰਚੇ ਨੂੰ ਡਸਟਬਿਨ ਵਿੱਚ ਪਾਉਣਾ ਚਾਹੁੰਦੀ ਹਾਂ। ਇਸ ਖਰਚੇ ਨੂੰ ਦੇਸ਼ ਦੀ ਪ੍ਰਗਤੀ ਲਈ ਯੂਜ਼ ਕੀਤਾ ਜਾਣਾ ਚਾਹੀਦਾ ਹੈ। ਮੈਂ ਕ੍ਰਿਮੀਨਲ ਪੋਲੀਟੀਸ਼ੀਅਨਸ ਨੂੰ ਡਸਟਬਿਨ ਵਿੱਚ ਪਾਉਣਾ ਚਾਹੁੰਦੀ ਹਾਂ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਹੈ ਕਾਨੂੰਨ ਨੂੰ ਬਣਾਉਣਾ ਪਰ ਇਹ ਖੁਦ ਹੀ ਕਾਨੂੰਨ ਅੱਗੇ ਅਪਰਾਧੀ ਪਾਏ ਜਾਂਦੇ ਹਨ। ਮੈਂ ਪੱਖਪਾਤੀ ਮੀਡੀਆ ਨੂੰ ਲੋਕਤੰਤਰ ਡਸਟਬਿਨ ਵਿੱਚ ਸੁੱਟਣਾ ਚਾਹਾਂਗੀ ਕਿਉਂਕਿ ਜੇ ਇਕਲੌਤਾ ਸਾਧਨ ਮੀਡੀਆ ਹੀ ਪੱਖਪਾਤੀ ਹੋਏਗਾ ਤਾਂ ਜਨਤਾ ਤੱਕ ਜਾਣਕਾਰੀ ਸਹੀ ਜਾਣਕਾਰੀ ਕਿਵੇਂ ਪਹੁੰਚੇਗੀ। ਅਤੇ ਮੈਂ ਅੱਜ ਕਾਸਟ ਬੇਸਡ ਪੋਲੀਟਿਕਸ ਨੂੰ ਡਸਟਬਿਨ ਵਿੱਚ ਸੁੱਟਣਾ ਚਾਹੁੰਦੀ ਹਾਂ। ਮੇਰੇ ਮੁਤਾਬਿਕ ਪੋਲੀਟੀਕਲ ਪਾਰਟੀਜ਼ ਕੈਂਡੀਡੇਟਸ ਨੂੰ ਕਾਸਟ ਸੈਂਟੀਮੈਂਟਸ ਦੇ ਉੱਤੇ ਚੂਜ਼ ਕਰਦੇ ਹਨ ਜੋ ਕਿ ਅਸਮਾਨਤਾ ਨੂੰ ਦਰਸਾਉਂਦਾ ਹੈ। ਸਰਕਾਰ ਦੇ ਝੂਠੇ ਵਾਅਦਿਆਂ ਨੂੰ ਡੈਮੋਕ੍ਰੇਸੀ ਡਸਟਬਿਨ ਵਿੱਚ ਪਾਉਣਾ ਚਾਹਾਂਗੀ ਕਿਉਂਕਿ ਹਰ ਵਾਰ ਵਾਅਦੇ ਕੀਤੇ ਜਾਂਦੇ ਹਨ ਪਰ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਮੈਂ ਰਾਜਨੀਤਿਕ ਬਿਆਨਬਾਜ਼ੀ ਨੂੰ ਡੈਮੋਕ੍ਰੇਸੀ ਡਸਟਬਿਨ 'ਚ ਪਾਉਣਾ ਚਾਹੁੰਦੀ ਹਾਂ ਕਿਉਂਕਿ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਨ ਨਾਲੋਂ ਚੰਗਾ ਕਿ ਜੋ ਉਹਨੇ ਨਹੀਂ ਕੀਤਾ ਉਹ ਤੁਸੀਂ ਕਰਕੇ ਵਿਖਾਓ।